ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਇਹਨਾਂ ਛਿਆਂ ਦਿਨਾਂ ਦੇ ਵਿੱਚ ਕੋਈ ਵੀ ਵਲੌਗ ਜਿਹੜਾ ਕੰਟੀਨਿਊ ਨਹੀਂ ਕੀਤਾ ਸੀ, ਜੇ ਕੋਈ ਪਿਆ ਵੀ ਆ ਤਾਂ ਸਮਾਗਮ 'ਤੇ ਗਏ ਸੀ ਤਾਂ ਹੀ, ਕਾਰਨ ਕਿ ਸ਼ਹੀਦੀ ਦਿਹਾੜੇ ਆਪਣੇ ਚੱਲ ਰਹੇ ਸੀ ਅਤੇ ਤਾਂ ਕਰਕੇ ਫਿਰ ਚਲੋ ਆਪਾਂ ਪਰਿਵਾਰ 'ਚ ਤਾਂ ਆਪਣੇ ਸਾਰੇ ਕੰਮ ਕਾਰ ਕਰੀ ਜਾਂਦੇ ਹਾਂ, ਪਰ ਫਿਰ ਵੀ ਫਰਜ਼ ਬਣਦਾ ਕਿ ਜਿੰਨਾ ਵੀ ਸਮਾਂ ਹੋ ਸਕੇ ਸ਼ਹੀਦਾਂ ਦੀ ਯਾਦ ਵਿੱਚ ਬੈਠਿਆ ਜਾਵੇ। ਅਤੇ ਮਹਾਰਾਜ ਦੀ ਕਿਰਪਾ ਨਾਲ ਸਮਾਗਮ ਲਗਾਤਾਰ ਚੱਲਦੇ ਨੇ ਅਤੇ ਅੱਜ ਸਾਨੂੰ ਛੁੱਟੀ ਸੀਗੀ ਅਤੇ ਸਾਰਾ ਦਿਨ ਜੋ ਕੀਤਾ ਜਿੰਦ ਕੌਰ ਦੇਖ ਲਿਓ ਅਤੇ ਕਾਫੀ ਐਕਟਿਵ ਹੋ ਚੁੱਕੀ ਆ ਅਤੇ ਦੰਦੀਆਂ ਕੱਢਦੀ ਆ ਹੁਣ ਥੋੜ੍ਹੀਆਂ ਥੋੜ੍ਹੀਆਂ, ਜਿੱਦਾਂ ਉਹਦੇ ਬਸ ਬਾਹਰ ਨਿਕਲਣ ਵਾਲੀਆਂ ਹੀ ਆ ਦੰਦੀਆਂ, ਅਤੇ ਥੋੜ੍ਹਾ ਜਿਹਾ ਫੀਲ ਕਰਦੀ ਜਿੱਦ ਕਰਦੀ ਆ ਤਾਂ ਕਰਕੇ ਚੁੰਬਲੀ ਰਹਿੰਦੀ ਨਾਲ, ਕਦੇ ਪਾਪਾ ਦੇ ਕਦੇ ਮੰਮਾ ਦੇ, ਅਤੇ ਇਸ ਕਰਕੇ ਥੋੜ੍ਹਾ ਜਿਹਾ ਉਹਨੂੰ ਟਾਈਮ ਦੇਣਾ ਪੈਂਦਾ ਅਤੇ ਬਿਜ਼ੀ ਹੋ ਜਾਈਦਾ। ਅਤੇ ਮੈਨੂੰ ਇੱਕ ਕੁਐਸਚਨ ਆਇਆ ਸੀਗਾ ਇੰਸਟਾਗ੍ਰਾਮ 'ਤੇ ਕਿ ਤੁਸੀਂ ਦੀਦੀ ਜਿੰਮ ਛੱਡ ਦਿੱਤਾ। ਨਹੀਂ, ਮੈਂ ਜਿੰਮ ਨਹੀਂ ਛੱਡਿਆ, ਪਹਿਲਾਂ ਮੈਂ ਜਿੰਮ ਜਾਂਦੀ ਸੀਗੀ ਨਕੋਦਰ, ਅਤੇ ਹੁਣ ਚਲੋ ਜਿੰਨਾ ਕੁ ਮਾੜਾ ਮੋਟਾ ਪਤਾ ਲੱਗਾ ਆਪਣੇ ਆਪ ਦੇ ਸਰੀਰ ਨੂੰ ਸੰਭਾਲਣ ਵਾਸਤੇ, ਅਤੇ ਮੈਂ ਘਰ ਹੀ ਸਮਾਨ ਔਡਰ ਕੀਤਾ ਕਿਉਂਕਿ ਮੇਰੇ ਕੋਲ ਕਈ ਵਾਰ ਜਾ ਨਹੀਂ ਹੁੰਦਾ ਅਤੇ ਘਰ ਕਰ ਲੈਂਦੀ ਹੁੰਦੀ ਹਾਂ। ਮੇਰੇ ਕੋਲ ਜਿੰਨਾ ਸਮਾਂ ਮਿਲਦਾ 1.5 ਘੰਟਾ 45 ਮਿੰਟ ਮੈਂ ਜ਼ਰੂਰ ਕੱਢਦੀ ਹਾਂ, ਅਤੇ ਬਾਕੀ ਥੋੜ੍ਹਾ ਬਹੁਤਾ ਆਪਣੀ ਮੇਨਟੇਨ ਘਰ ਦਾ ਖਾਣਾ, ਕੋਈ ਜ਼ਿਆਦਾ ਬਾਹਰ ਲਾਣੀ ਜੇ ਬਾਹਰੋਂ ਖਾਣਾ ਵੀ ਆ ਤਾਂ ਵੇਖਣਾ ਕਿ ਕਿਵੇਂ ਦਾ ਚੀਜ਼ ਆ ਜਿਹੜੀ ਆਪਾਂ ਨੂੰ ਸੈੱਟ ਆ। ਮੈਦਾ ਜਿਹੜਾ ਉਹ ਅਵੋਇਡ ਕੀਤਾ ਹੋਇਆ, ਮੈਦਾ ਨਹੀਂ ਮੈਂ ਖਾਂਦੀ, ਆਟਾ ਵੀ ਚਲੋ ਛੱਕ ਲਈਦਾ ਜਿੱਦਾਂ ਵੀ ਹੋਵੇ, ਕਿਸ ਦਿਨ ਕੁਛ ਕਿਸ ਦਿਨ ਕੁਛ ਘਰੇ ਬਣਾ ਕੇ। ਅਤੇ ਚਲੋ ਜੁੜੋ ਵਲੌਗ ਦੇ ਨਾਲ, ਵੇਖੋ ਕਿਵੇਂ ਦਾ ਰਿਹਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਚੜ੍ਹਦੀ ਕਲਾ 'ਚ ਹਾਂ, ਦੇਖ ਹੀ ਰਿਹਾ ਹੋਣਾ ਜੀ। ਜਿੰਦ ਕੌਰ, ਓਏ ਜਿੰਦ ਕੌਰ, ਬੂਬੋ ਨਾ ਬਣਾ ਲਿਓ, ਮੈਂ ਛੱਡਣੀ ਮੰਮੀ ਜੀ। ਮੰਮਾ ਆਇਓ ਇੱਕ ਮਿੰਟ, ਆ ਵੇ ਵੇਖ ਲਓ ਤੁਸੀਂ ਇਹਨਾਂ ਨੂੰ ਬੋਲੋਗੇ, ਆ ਵੇਖੋ ਅੱਧੀ ਰਾਤ ਨੂੰ ਤੇਜ਼ ਕਰੀ ਜਾਂਦੀ ਵੀ ਹੋਵੇ, ਆ ਵੇਖੋ ਕੁੜੇ ਨਹੀਂ ਕੂੜਾ ਕਰਨ ਦੇ ਮੈਂ ਨਹੀਂ। ਮਾਉ ਬਿੱਲੇ ਜਿੰਦ ਕਾਰ ਜਿੰਦ ਕਾਰ, ਆ ਪਾਪਾ ਨੇ ਕੱਪੜੇ ਵੀ ਡਾਇਪਰ ਵੀ ਨਹੀਂ ਲਾਇਆ ਉਹਦਾ, ਇਹਨੂੰ ਕੱਢਿਓ ਬਾਹਰ ਦੇਖਿਓ ਨਿਕਲਦੀ। ਚੱਲ ਬਾਹਰ ਕੱਢ ਲਾ, ਬਾਹਰ ਕੱਢ ਲਾ, ਬੂਟਿਆਂ ਨੂੰ ਪਾਣੀ ਦਿੰਦਿਆਂ ਦਿੰਦੇ ਜਿੰਦਰ ਨੂੰ ਮਿਲ ਗਿਆ। ਟਿੰਡ ਨਾ ਭਾਂਜੇ ਪਿੱਛੇ ਉਹ ਹੈ ਹੋਈ ਬੈਠੋ ਬੁਲਟ ਤੇ। ਕਿਹੜੇ ਮਾਮੇ, ਕਿਹੜੇ ਮੰਮਾ ਚੋਂ ਮਾਮਾ ਵਾ। ਬੜੇ ਦਿਨਾਂ ਬਾਅਦ ਛੁੱਟੀ ਹੋਈ ਸੀਗੀ ਤੇ ਹਾਲ ਦੇਖ ਲੋ ਕਿਹੋ ਜਿਹੇ ਬਣੇ ਪਏ ਨੇ ਘਰੇ, ਜਿੰਦ ਕੌਰ ਨੂੰ ਨਵਾ ਕੇ ਆਈ ਆ ਤੇ ਹੁਣ ਬੈਠੇ ਇੱਥੇ, ਤੇ ਅੱਜ ਇਹ ਵਿਚਾਰੀ ਲੇਟ ਹੀ ਨਹਾਤੀ ਆ ਜਿੰਦ ਕੌਰ ਨੂੰ, ਆ ਵੇਖੋ ਕੀ ਕਰਨ। ਓਏ ਜਿੰਦ ਕੌਰ, ਬੁਗੂ ਛੂ ਨਹੀਂ ਬੂਬੋ ਚ ਪਾਈ ਦੇ, ਪਤਾ ਹੈ ਨਾ ਕੁੱਟ ਪਊਗੀ ਫੇ, ਜਦ ਟੋਏ ਲਿਆ ਬਹੁ ਜਿੰਦ ਜਾਓ ਜਿੰਦ ਕੌਰ ਦੀਦੀ ਨਾਲ ਜਾਣਾ ਹੈ। ਓਏ ਨਾਲ ਬੈਠੀ ਆ ਜਿੰਦ ਕੌਰ ਤੇ ਜਿੰਦ ਕੌਰ ਦੀ ਸਹੇਲੀ ਹੈ ਜਸ਼ਨ, ਕਦੋਂ ਦਾ ਆਇਆ ਬਹੁ, ਕਿੰਨੇ ਕੁ ਵਜੇ ਦਾ ਫੇਰ ਵੀ
10 ਵਜੇ ਦੀ ਆਈ ਹੈ ਤੇ ਦਿਵਾਲੇ ਹੀ ਰਹਿੰਦੀ ਸਾਰੀ ਦਿਹਾੜੀ ਓਏ ਸੌਂਦੀ ਵੀ ਇਹਦੇ ਨਾਲ ਹੀ ਆ ਜਿੰਦ ਕੋਰ ਸ਼ੋ ਨਹੀਂ ਬੂਬੋ ਚ ਪਾਈ ਕੀ ਆਖਿਆ ਕੀ ਆਖੰਡੇ ਜੇ ਉਹ ਦੇਖਦੀ ਹੈ ਕੌਣ ਆ ਆ ਤੇਰਾ ਪੈਰ ਆ ਤੇਰਾ ਵਜ਼ੀਰ ਤੇ ਨਾ ਰੁੱਸ ਕੇ ਮੂੰਹ ਕਰਕੇ ਬਿਠਾ ਉਹ ਤੇਰੇ ਪੈਰਾ ਦਾ ਉਹ ਤੇਰਾ ਪੈਰੇ ਦਾ ਇਹ ਤੇਰੀ ਸਲਤਨਤ ਆ ਠੀਕ ਆ ਹਾਂ ਮਹਾਰਾਣੀ ਦੀ ਹੈ ਨਾ ਮਹਾਰਾਣੀ ਦੀ ਹਾਂ ਓ ਮਹਾਰਾਣੀ ਜੀ ਮਹਾਰਾਣੀ ਮਾਰ ਲਗੀ ਪਹਿਲੇ ਦਰਦ ਦੇ ਪੇੜਾ ਮਹਾਰਾਣੀ ਜੀ ਪਹਿਲੇ ਦਰਦ ਨਾ ਐਦਾਂ ਨਹੀਂ ਸੁਣਦੀ ਜਿੰਦ ਕੌਰ ਪਤਾ ਲੱਗ ਗਿਆ ਤੇਰਾ ਨਾਮ ਜਿੰਦ ਕੌਰ ਵਾ ਜਿੰਦ ਕੌਰ ਮਹਾਰਾਣੀ ਓ ਮਾਰ ਓ ਬੱਲੇ ਓਏ ਮਹਾਰਾਣੀ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਮਾਠ ਕਰੀਏ ਆ ਜਾਓ ਜਪਿਓ ਜਿਨ ਅਰਜਨ ਦੇਵ ਗੁਰੂ 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 ਚਲੋ ਤੁਸੀਂ ਤੁਹਾਡੀ ਵਾਰੀ ਫਿਰ ਸੰਕਟ ਜੋਨ ਗਰਬ ਨਾ ਆਇਓ ਜਪਿਓ ਜਿਨ ਅਰਜਨ ਜਪਿਓ ਜਿਨ ਅਰਜਨ ਦੇਵ ਗੁਰੂ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਹਾਂਜੀ ਕਰ ਨੌ ਨਿਦਿਆਵੇ ਤਾਏ ਸਭ ਤਾਈ ਹੋਏ ਜੀ ਸ਼੍ਰੀ ਹਰਿ ਕ੍ਰਿਸ਼ਨ ਧਿਆਇਐ ਸ਼੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿੱਠ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਸ਼੍ਰੀ ਹਰਿ ਕ੍ਰਿਸ਼ਨ ਧਿਆਇਐ ਨੀਂਦ ਵੀ ਆਉਂਦੀ ਹੈ ਕ੍ਰਿਸ਼ਨ ਧਿਆਇਐ ਢਿੱਡ ਤੇ ਲੰਮੀ ਪਾ ਲਓ ਹੋਰ ਚਾਰਜਰ ਹੋ ਗਏ ਏਦਾਂ ਨੀ ਪੈਂਦੀ ਬਸ ਇੱਕੋ ਗੱਲ ਹੀ ਲੈ ਬਾਪੂ ਇਹਦੇ ਨੂੰ ਤਾਂ ਪਹਿਲਾਂ ਮੌਕਾ ਚਾਹੀਦਾ ਸੌਣ ਦਾ ਚਾਹੇ ਦਿਨ ਆ ਚਾਹੇ ਰਾਤ ਆ ਦੋਨੇ ਪਿਓ ਧੀ ਪੈ ਜਾਂਦੇ ਆ ਆਹੋ ਕੀ ਗੱਲ ਜੀ ਨਾਨਿਓ ਕੀ ਕਹਿੰਦੇ ਪਏ ਸੀ ਤੁਸੀਂ ਮੰਮਾ ਦੇ ਪੁੱਤ ਜੀ ਹਾਂ ਮੰਮਾ ਦਾ ਪੁੱਤ ਹੈ ਇਹ ਮੰਮਾ ਨੂੰ ਹੁਣ ਬਹੁਤ ਪਾਰ ਕਰਦਾ ਇਹਨੂੰ ਮੰਮਾ ਦਾ ਪਤਾ ਲੱਗ ਗਿਆ ਜਿੰਦ ਕੌਰ ਮੰਮਾ ਕਿੱਥੇ ਆ ਹਾਈ ਅੱਛਾ ਮੰਮਾ ਤੇ ਪਾਪਾ ਏ ਚਲੋ ਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਸਾਲਾਂ ਬਾਅਦ ਆ ਇਦਾਂ ਦਾ ਐਕਸਪੀਰੀਅੰਸ ਅੱਜ ਜਲੰਧਰ ਦੀਆਂ ਸੜਕਾਂ ਦੇ ਤੇ ਭੁੰਡੀ ਦੇ ਭੁੰਡੀ ਦੇ ਵੀ ਬੜਾ ਖੱਜਲ ਕਰਦੇ ਆ ਮੈਂ ਪਹਿਲੀ ਵਾਰੀ ਇਦਾਂ ਦਾ ਕੰਮ ਕਰਾਏ ਪਾਪਾ ਕਰਾ ਦਿੰਦੇ ਹੁੰਦੇ ਸੀ ਵਿਆਹ ਕਰਕੇ ਪਤਾ ਨੀ ਕੀ ਕੁਛ ਚੇਂਜ ਕਰਾਓ ਆਹ ਕਰੋ ਜੀ ਉਹ ਕਰੋ ਜੀ ਪ੍ਰੂਫ ਕਿੰਨੇ ਚਾਹੀਦੇ ਹਨਾ ਠੰਡੀ ਹਵਾ ਏਸੀ ਨਾਲ ਵਧੀਆ ਅਸੀਂ ਫਿਰ ਗੱਡੀ ਕੱਢਣ ਨੂੰ ਕਿੰਨਾ ਹੀ ਟਾਈਮ ਲੱਗ ਜਾਣਾ ਸੀ ਅਸੀਂ ਫਿਰ ਭੁੰਡੀ ਆਰਡਰ ਕੀਤੀ